ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਸਤੇ ਸੋਤੋ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਸ਼ੁੱਕਰਵਾਰ ਦੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 408-272-2500 ਜਾਂ ਅਤੇ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਜੀ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਰਛਪਾਲ ਕੌਰ ਖੰਗੂੜਾ ਅਤੇ ਪਰਿਵਾਰ ਬੇਕਰਸਫੀਲਡ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਲਾਈਵੋਕ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408-272-5500 ਦੇ ਉੱਤੇ 408-272-5200 ਦੇ ਉੱਤੇ। ਅਤੇ ਬਲਤੇਜ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਕੇਜਰੀਵਾਲ ਹੁਣਾਂ ਦਾ ਜਿਹੜਾ ਦੌਰੇ ਦਾ ਜਿਹੜਾ 5 ਦਿਨਾਂ ਦੌਰਾ ਚੱਲ ਰਿਹਾ ਪੰਜਾਬ ਦਾ, ਜਲਾਲਾਬਾਦ ਹਲਕੇ ਦੇ ਵਿੱਚ ਜਾਣਾ ਸੀ ਜਿਹੜੇ ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ ਮਿਲਣ, ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰ ਗਾਇਬ ਕਰ ਦਿੱਤੇ ਗਏ। ਬਿਲਕੁਲ ਜੀ, ਇਹ ਐਕਚੁਲੀ ਇਹ ਹਲਕਾ ਇਸ ਤਰ੍ਹਾਂ ਦਾ ਹੈ ਜੀ, ਜਲਾਲਾਬਾਦ ਜਿਹੜਾ ਕਿ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹ ਇੱਥੋਂ ਜਿੱਤੇ ਹੋਏ ਨੇ, ਉਹਨਾਂ ਦਾ ਹਲਕਾ। 35 ਜਿਹੜੇ ਕਿਸਾਨ ਨੇ ਉਹ ਇਸ ਹਲਕੇ ਦੇ ਵਿੱਚ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਕਰ ਗਏ ਨੇ, ਔਰ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਨੇ ਜਾਣਾ ਸੀਗਾ ਉਹਨਾਂ ਦੇ ਬੂਹੇ ਜਿਹੜੇ ਸੀ ਉਹ ਖੁੱਲ੍ਹੇ ਮਿਲੇ ਘਰਾਂ ਦੇ, ਪਰ ਘਰਾਂ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀਗਾ। ਉਹਨਾਂ ਨੇ ਕਈ ਪਰਿਵਾਰਾਂ ਨੂੰ ਮਿਲਣਾ ਸੀਗਾ, ਸਿਰਫ ਇੱਕੋ ਪਰਿਵਾਰ ਨੂੰ ਮਿਲਿਆ ਜਾ ਸਕਿਆ। ਇਹ ਦੱਸਿਆ ਜਾ ਰਿਹਾ ਕਿ ਪੁਲਿਸ ਦੀ ਮਦਦ ਦੇ ਨਾਲ ਜਿਹੜੇ ਲੋਕਲ ਉੱਥੋਂ ਦੇ ਅਕਾਲੀ ਆਗੂ ਨੇ ਉਹਨਾਂ ਨੇ ਇਹਨਾਂ ਪਰਿਵਾਰਾਂ ਨੂੰ ਐਨ ਮੌਕੇ ਦੇ ਉੱਤੇ ਜਿਹੜਾ ਸੀਗਾ ਉਹ ਗਾਇਬ ਕਰਤਾ, ਜਿਹਦੇ ਕਰਕੇ ਉਹਨਾਂ ਦੀ ਮੁਲਾਕਾਤ ਜਿਹੜੀ ਸੀ ਉਹ ਨਹੀਂ ਹੋ ਸਕੀ। ਅਬੋਹਰ ਦੇ ਵਿੱਚ ਜਿਹੜਾ ਭੀਮ ਟਾਂਕ ਸੀਗਾ ਜੀ, ਜਿਹਦੇ ਹੱਥ ਤੇ ਪੈਰ ਵੱਢ ਕੇ ਉਹਨੂੰ ਮਾਰ ਦਿੱਤਾ ਗਿਆ ਸੀਗਾ, ਉਹਦੇ ਪਰਿਵਾਰ ਨੂੰ ਮਿਲੇ ਅਰਵਿੰਦ ਕੇਜਰੀਵਾਲ ਹੋਰੀ। ਉਹਨਾਂ ਨੇ ਜਿਹੜਾ ਭੀਮ ਟਾਂਕ ਦਾ ਪਰਿਵਾਰ ਹੈ ਉਹਨਾਂ ਨੂੰ ਇਹ ਕਿਹਾ ਕਿ ਉਹਨਾਂ ਦੇ ਇੱਕ ਪਰਿਵਾਰ ਨੂੰ ਦਿੱਲੀ ਦੇ ਵਿੱਚ ਜੇ ਉਹ ਚਾਹੁਣ ਤਾਂ ਉੱਥੇ ਨੌਕਰੀ ਦਿੱਤੀ ਜਾ ਸਕਦੀ ਹੈ, ਜਿਹੜਾ ਇੱਕ ਜ਼ਖਮੀ ਹੈ ਉਹਨੂੰ ਅੰਮ੍ਰਿਤਸਰ ਤੋਂ ਦਿੱਲੀ ਲਿਜਾ ਕੇ ਇਲਾਜ ਕਰਾਉਣ ਦਾ ਵਾਅਦਾ ਜਿਹੜਾ ਉਹ ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੀਤਾ। ਉਹਨਾਂ ਨੇ ਇੱਕ ਜਿਹੜੇ ਚਿੱਠੀ ਆ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਖੀ ਹੈ, ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਕਿਸਾਨ ਕਰਜ਼ੇ ਦੇ ਬੋਝ ਦੇ ਥੱਲੇ ਇਸ ਵੇਲੇ ਦੱਬੇ ਨੇ, ਜਦੋਂ ਉਹਨਾਂ ਤੋਂ ਕਿਸ਼ਤਾਂ ਲੈਣ ਦੇ ਵਾਸਤੇ ਉਹਨਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਉਹ ਵੀ ਇੱਕ ਖੁਦਕੁਸ਼ੀਆਂ ਕਰਨ ਦਾ ਕਾਰਨ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਗੱਲ ਆਖੀ ਹੈ ਕਿ 1 ਸਾਲ ਦੇ ਵਾਸਤੇ ਪੰਜਾਬ ਸਰਕਾਰ ਜਿਹੜੀ ਆ ਉਹ ਹੁਕਮ ਜਾਰੀ ਕਰੇ ਕਿ ਇਹਨਾਂ ਤੋਂ ਕਿਸ਼ਤਾਂ ਜਿਹੜੀਆਂ ਨਹੀਂ ਲਈਆਂ ਜਾਣਗੀਆਂ, ਉਦੋਂ ਬਾਅਦ ਜਿਹੜੀ ਨਵੀਂ ਸਰਕਾਰ ਆਊਗੀ ਉਹ ਫਿਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਫੈਸਲਾ, ਨਵਾਂ ਫੈਸਲਾ ਜਿਹੜਾ ਉਹ ਲੈ ਸਕਦੀ ਹੈ। ਉਦੋਂ ਬਾਅਦ ਉਹ ਰੌਕੇ ਕਲਾਂ ਦੇ ਵਿੱਚ ਗਏ, ਜਿਹੜਾ ਕਿ ਮਾਲਵੇ ਦੇ ਵਿੱਚ ਬੱਧਨੀ ਕਲਾਂ ਦੇ ਕੋਲੇ ਪਿੰਡ ਪੈਂਦਾ, ਚਿੱਟੇ ਨਾਲ ਪੀੜਿਤ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਕੁਛ ਉਹ ਮਿਲੇ ਜਾ ਕੇ। ਇਸ ਪਿੰਡ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਨੌਜਵਾਨ ਵੀ ਹੈ ਜੀ, ਜਿਹਦੀ ਸੋਨੇ ਵਰਗੀ ਜਿਹੜੀ ਜ਼ਮੀਨ ਹੈ 8 ਕਿੱਲਿਆਂ ਦੇ ਕਰੀਬ, ਉਹ ਹੌਲੀ ਹੌਲੀ ਭੋਰ ਕੇ ਜਿਹੜੇ ਚਿੱਟਾ ਵੇਚਣ ਵਾਲੇ ਸੀ ਉਹ ਸਾਰੇ ਦੇ ਸਾਰੇ ਲੈ ਗਏ। ਮਿਲਿਆ ਕੀ ਹੋਊਗਾ, ਪੁੜੀਆਂ ਹੀ ਕੁਛ। ਉਹਦਾ ਘਰ ਜਿਹੜਾ ਵੱਡਾ ਸੀਗਾ ਜੀ ਉਹ ਵੀ ਖਤਮ ਹੋ ਗਿਆ, ਉਹ ਬੰਬੀ ਦੇ ਇੱਕ ਕੋਠੇ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿੰਦਾ, ਕੋਠੇ ਦੀ ਜਿਹੜੀ ਛੱਤ ਆ ਉਹ ਵੀ ਵੇਚ ਗਿਆ ਉਹ ਗਾਰਡਰ ਵਗੈਰਾ। ਹੁਣ ਕਾਨਿਆਂ ਦੀ ਛੱਤ ਆ ਜੀ ਜਿੱਥੇ ਰਹਿੰਦਾ। ਇੱਥੇ ਵੀ ਜਿਹੜੇ ਅਕਾਲੀ ਦਲ ਦੇ ਕੁਛ ਲੋਕ ਸਨ ਉਹ ਕਾਫੀ ਇਕੱਠੇ ਹੋਏ ਹੋਏ ਸਨ, ਪਰ ਕਿਉਂਕਿ ਪਿੰਡ ਦੇ ਜਿਹੜੇ ਨੌਜਵਾਨ ਨੇ ਉਹ ਕਾਫੀ ਸੁਚੇਤ ਸਨ ਜੀ, ਇਸ ਕਰਕੇ ਇਹ ਜਿਹੜਾ ਪਰਿਵਾਰ ਸੀਗਾ ਜੀ ਇਹਨੂੰ ਚੁੱਕਿਆ ਨਹੀਂ ਜਾ ਸਕਿਆ, ਔਰ ਉਹਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਜ਼ਰੂਰ ਹੋਈ ਹੈ। ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਦੌਰਾ ਹੈ ਉਹ 5 ਦਿਨ ਦਾ ਜਾਰੀ ਹੈ। ਅੱਜ ਉਹ ਤਰਨ ਤਾਰਨ ਹਰੀਕੇ ਵਾਲਾ ਜਿਹੜਾ ਏਰੀਆ ਪੱਟੀ ਖੇਤਰ ਦਾ, ਇਸ ਏਰੀਏ ਦੇ ਵਿੱਚ ਚਿੱਟੇ ਨਾਲ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕਰਨਗੇ ਜੀ। ਜੀ, ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮੂਰਥਲ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਚੰਗੀ ਝਾੜ ਚੰਬ ਕੀਤੀ ਹੈ ਕੇਂਦਰ ਤੇ ਹਰਿਆਣੇ ਦੀ ਸਰਕਾਰ ਦੀ। ਬਿਲਕੁਲ ਜੀ, ਐਕਚੁਲੀ ਇਹ ਤੁਸੀਂ ਕਹਿ ਲਓ ਕਿ ਇਸ ਪੱਖੋਂ ਤਾਰੀਫ ਜਿਹੜੀ ਉਹ ਕਰਨੀ ਬਣਦੀ ਹੈ ਕਿ ਜਿਹੜੇ ਇੱਥੋਂ ਦਾ ਇੱਕ ਅਦਾਰਾ ਹੈ ਚੰਡੀਗੜ੍ਹ ਦਾ, ਇੱਕੋ ਹੀ ਅਦਾਰੇ ਨੇ
ਨਿਊਜ਼ ਅਦਾਰਾ ਜਿਹੜਾ ਜਿਹਨੇ ਇਹ ਖਬਰ ਜਿਹੜੀ ਆ ਉਹ ਚੁੱਕੀ ਆ, ਪਹਿਲਾਂ ਸਭ ਤੋਂ ਪਹਿਲ ਕੀਤੀ ਆ, ਔਰ ਉਹੋ ਹੀ ਰਿਪੋਰਟਾਂ ਨੂੰ ਆਧਾਰ ਬਣਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਮਾਣਯੋਗ ਜੱਜ ਨੇ ਉਹਨਾਂ ਨੇ ਇਹਦੇ ਉੱਤੇ ਨੋਟਿਸ ਜਿਹੜਾ ਜੀ ਉਹ ਲਿਆ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਸੂਬੇ ਦੀ ਸਰਕਾਰ ਫੇਲ ਹੋ ਗਈ ਸੀਗੀ, ਉਹਦੇ ਤੋਂ ਕੰਟਰੋਲ ਨਹੀਂ ਸੀ ਹੋ ਰਿਹਾ ਤੇ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਹੱਥ ਤੇ ਹੱਥ ਧਰ ਕੇ ਕਿਉਂ ਬੈਠੀ ਰਹੀ। ਉਹਨਾਂ ਪੁੱਛਿਆ ਕਿ ਇਹਦੇ ਉੱਤੇ ਤੁਰੰਤ ਐਕਸ਼ਨ ਜਿਹੜਾ ਸੀਗਾ ਉਹ ਕਿਉਂ ਨਹੀਂ ਲਿਆ ਗਿਆ। ਹੁਣ ਇਸ ਮਾਮਲੇ ਦੇ ਵਿੱਚ ਵੱਖ ਵੱਖ ਵੀਡੀਓ ਫੁਟੇਜ ਜਿਹੜੀਆਂ ਨੇ ਜੀ ਉਹ ਜ਼ਰੂਰ ਦਿਖਾਈਆਂ ਜਾ ਰਹੀਆਂ ਨੇ ਵੱਖ ਵੱਖ ਚੈਨਲਸ ਦੇ ਵੱਲੋਂ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਔਰਤਾਂ ਦੇ ਕੱਪੜੇ ਜਿਹੜੇ ਨੇ ਖਿਲਰੇ ਹੋਏ ਉਹ ਦਿਖਾਏ ਜਾ ਰਹੇ ਨੇ। ਪਰ ਡਰ ਦਾ ਆਲਮ ਜਿਹੜਾ ਜੀ ਉਹ ਇਹ ਆ ਕਿ ਕੋਈ ਵਿਅਕਤੀ ਖੁੱਲ੍ਹ ਕੇ ਜਿਹੜਾ ਜੀ ਉਹ ਸਾਹਮਣੇ ਨਹੀਂ ਆ ਰਿਹਾ। ਜਿਹੜੇ ਉੱਥੇ ਬਿਜ਼ਨਸ ਵਾਲੇ ਨੇ, ਜਿਹੜੇ ਉੱਥੇ ਢਾਬਿਆਂ ਵਾਲੇ ਨੇ, ਉਹਨਾਂ ਦੇ ਬਾਰੇ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਉਹ ਅੰਦਰ ਖਾਤੇ ਦਬੀ ਜ਼ਬਾਨ ਦੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਜੀ ਅਸੀਂ ਇੱਥੇ ਬਿਜ਼ਨਸ ਕਰਨਾ, ਸਾਡੇ ਉੱਤੇ ਮੁਸੀਬਤਾਂ ਦੇ ਜਿਹੜੇ ਪਹਾੜ ਨੇ ਉਹ ਟੁੱਟ ਸਕਦੇ ਨੇ। ਜਿਹੜੀ ਹਰਿਆਣੇ ਦੀ ਸਰਕਾਰ ਆ ਜੀ ਉਹਨੇ 3 ਮੈਂਬਰੀ ਕਮੇਟੀ ਜਿਹੜੀ ਆ ਹੁਣ ਬਣਾਈ ਆ, ਜਿਹੜੀ ਕਿ ਇਹਦੇ ਵਾਸਤੇ ਜਾਂਚ ਜਿਹੜੀ ਉਹ ਕਰੂਗੀ, ਕਿਉਂਕਿ ਨੋਟਿਸ ਪੰਜਾਬ ਹਰਿਆਣਾ ਹਾਈ ਕੋਰਟ ਨੇ ਲਿਆ ਤੇ ਉੱਥੇ ਜਵਾਬ ਜਿਹੜਾ ਜੀ ਉਹ ਦੇਣਾ ਪੈਣਾ। ਉਹਦੇ ਨਾਲ ਨਾਲ ਕੁਛ ਜਿਹੜੇ ਅਫਸਰ ਨੇ, ਜਿਹੜੇ ਸੀਨੀਅਰ ਅਫਸਰ ਨੇ ਹਰਿਆਣੇ ਦੇ, ਉਹਨਾਂ ਦੀਆਂ ਵੀ ਕੁਛ ਇੱਕ ਦੀਆਂ ਇੱਧਰ ਉੱਧਰ ਬਦਲੀਆਂ ਕੀਤੀਆਂ ਗਈਆਂ ਨੇ, ਕੁਛ ਇੱਕ ਦੀਆਂ ਪਾਵਰ ਜਿਹੜੀਆਂ ਨੇ ਉਹ ਘਟਾਈਆਂ ਗਈਆਂ ਨੇ। ਕੁਛ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹੋਰੀ ਜਿਹੜੇ ਸਨ ਇੱਕ ਟਾਈਮ ਦੇ ਉੱਤੇ ਉਹ ਅਸਤੀਫਾ ਦੇ ਦੇਣ ਲੱਗੇ ਸਨ, ਕਿਉਂਕਿ ਜਿਸ ਕਿਸਮ ਦੇ ਨਾਲ ਜਾਟ ਤੇ ਗੈਰ ਜਾਟ ਜਿਹੜੇ ਮੰਤਰੀ ਨੇ ਉਹਨਾਂ ਦੇ ਜਾਂ ਜਿਹੜੇ ਐਮ ਐਲ ਏ ਨੇ ਉਹਨਾਂ ਦੇ ਵਿਚਾਲੇ ਟੱਕਰ ਟਸਲ ਜਿਹੜੀ ਸੀ ਉਹ ਚੱਲ ਰਹੀ ਸੀਗੀ। ਇਹ ਗੱਲਾਂ ਵੀ ਹੌਲੀ ਹੌਲੀ ਸਾਹਮਣੇ ਆ ਰਹੀਆਂ ਨੇ ਕਿ ਇੱਕ ਖਾਸ ਫਿਰਕੇ ਨੂੰ ਜਿਹੜਾ ਸੀਗਾ ਉਹ ਨਿਸ਼ਾਨਾ ਬਣਾ ਕੇ ਬਹੁਤਾ ਕੁਛ ਜਿਹੜਾ ਜੀ ਉਹ ਕੀਤਾ ਗਿਆ ਜੀ। ਜੀ ਜੀ ਤੇ ਆਪਾਂ ਅਗਲੀ ਗੱਲ ਕਰੀਏ ਵੀ ਮਾਇਆਵਤੀ ਅਤੇ ਸਿਮਰਤੀ ਇਰਾਨੀ ਇੱਕ ਵਾਰੀ ਫਿਰ ਬੜੀਆਂ ਜੀ। ਪਿਛਲੇ ਕੁਛ ਦਿਨਾਂ ਤੋਂ ਤੁਸੀਂ ਇਹ ਕਹਿ ਲਓ ਕਿ ਇਹ ਭੇਡ ਜਿਹੜਾ ਜੀ ਦੂਜੀ ਵਾਰੀ ਤਕਰੀਬਨ ਵੇਖਣ ਸੁਣਨ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਬੀਬੀ ਮਾਇਆਵਤੀ ਤੇ ਸਿਮਰਤੀ ਇਰਾਨੀ ਜਿਹੜੀਆਂ ਸਨ ਉਹ ਭਿੜੀਆਂ ਸਨ। ਮਾਇਆਵਤੀ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਰੋਹਿਤ ਵੇਮੁੱਲਾ ਵਾਲਾ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਮੈਂ ਸੰਤੁਸ਼ਟ ਨਹੀਂ। ਤਾਂ ਸਿਮਰਤੀ ਇਰਾਨੀ ਹੋਰਾਂ ਨੇ ਇਹ ਕਹਿਤਾ ਸੀਗਾ, ਮੇਰੀ ਗੱਲ ਸੁਣ ਲਓ, ਮੇਰੇ ਬਿਆਨ ਤੋਂ ਸੰਤੁਸ਼ਟ ਨਾ ਹੋਏ ਤੇ ਮੈਂ ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਦੂੰ। ਹੁਣ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸੁਪਰੀਮੋ ਹੈ ਜੀ ਬੀਬੀ ਮਾਇਆਵਤੀ, ਉਹਨੇ ਇਹ ਗੱਲ ਆਖੀ ਕਿ ਮੈਂ ਤੁਹਾਡੇ ਜਵਾਬ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ, ਲਿਆਓ ਆਪਣਾ ਸਿਰ ਵੱਢ ਕੇ ਜਿਹੜਾ ਜੀ ਮੇਰੇ ਪੈਰਾਂ 'ਚ ਰੱਖੋ। ਅੱਗੋਂ ਸਿਮਰਤੀ ਇਰਾਨੀ ਜਿਹੜੇ ਕਿ ਡਾਇਲਾਗ ਬੋਲਣ 'ਚ ਮਸ਼ਹੂਰ ਨੇ, ਕਿਉਂਕਿ ਟੈਲੀਵਿਜ਼ਨ 'ਤੇ ਉਹ ਆਏ ਡਰਾਮਿਆਂ ਦੇ ਵਿੱਚੋਂ ਨੇ, ਉਹਨਾਂ ਨੇ ਇਹ ਗੱਲ ਕਹੀ ਜੀ ਕਿ ਮੈਂ ਤਾਂ ਸਿਰ ਵੱਢ ਕੇ ਕੀ ਰੱਖਣਾ, ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਆਖੋ ਕਿ ਮੇਰਾ ਸਿਰ ਵੱਢ ਕੇ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਜੀ ਉਹ ਚੜਾ ਦੇਣ। ਇਹ ਜਿਹੜੀ ਨੋਕ ਝੋਂਕ ਸੀਗੀ ਜੀ ਇਹ ਫਿਰ ਜਿਹੜੀ ਆ ਜੀ ਜਿਹੜੇ ਬੈਠੇ ਨੇ ਜੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸੁਣਨ ਨੂੰ ਜਿਹੜੀ ਆ ਜੀ ਇਹ ਮਿਲੀ। ਔਰ ਇਹਦੇ ਨਾਲ ਨਾਲ ਜਿਹੜੀ ਰੋਹਿਤ ਵੇਮੁੱਲਾ ਦੀ ਜਿਹੜੀ ਮਾਂ ਹੈ ਉਹਨੇ ਇਹ ਗੱਲ ਆਖੀ ਆ ਜੀ ਕਿ ਸਿਮਰਤੀ ਇਰਾਨੀ ਹੋਰੀ ਜਿਹੜੇ ਨੇ ਜੀ ਉਹ ਝੂਠ ਬੋਲ ਰਹੇ ਨੇ ਇਸ ਮਾਮਲੇ ਦੇ ਉੱਤੇ। ਉਹਨਾਂ ਨੇ ਕਿਹਾ ਕਿ ਮੇਰੀ ਪੁੱਤ ਦੀ ਮੌਤ ਦੇ ਵਾਸਤੇ ਜ਼ਿੰਮੇਵਾਰ ਲੋਕ ਨੇ, ਜਿਹੜੇ ਉਹਨਾਂ ਨੂੰ ਜੇ ਉਮਰ ਕੈਦ ਵੀ ਹੋ ਜਾਂਦੀ ਆ ਤੇ ਇਹ ਸਜ਼ਾ ਜਿਹੜੀ ਆ ਜੀ ਉਹ ਘੱਟ ਹੋਊਗੀ। ਜਦੋਂ ਹੁਣ ਉਹਨਾਂ ਨੇ ਸਿੱਧਾ ਨਾਮ ਲੈ ਕੇ ਬੀਬੀ ਸਿਮਰਤੀ ਇਰਾਨੀ ਹੋਰਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਬੋਲਿਆ, ਉਦੋਂ ਬਾਅਦ ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਫਿਰ ਭੱਖ ਜਾਣ ਦੇ ਆਸਾਰ ਨੇ ਜੀ। ਜੀ ਅਤੇ ਜਦੋਂ ਇਹੀ ਗੱਲਬਾਤ ਇਹਨਾਂ ਦੀ ਹੋ ਰਹੀ ਸੀ ਉਦੋਂ ਇਹਨਾਂ ਨੇ ਪੱਪੂ ਯਾਦਵ ਦੇ ਮੁੰਡੇ ਨੂੰ ਇੱਕ ਐਡਮਿਸ਼ਨ ਦੇਣ ਦੀ ਗੱਲ ਕੀਤੀ ਸੀ, ਆਪ ਹੀ ਇਹਨਾਂ ਨੇ ਮੰਨਿਆ ਵੀ ਜੋ ਇਹਨਾਂ ਨੇ ਇੱਕ ਹਿਸਾਬ ਨਾਲ ਭੇਦਭਾਵ ਕੀਤਾ ਕਿਸੇ ਨੂੰ ਸਿਫਾਰਿਸ਼ ਤੇ ਦਿੱਤੀ ਆ, ਕੀ ਇਸ ਦੇ ਉੱਤੇ ਕੋਈ ਐਕਸ਼ਨ ਹੋਣ ਦੀ ਉਮੀਦ ਆ? ਘੱਟ ਚਾਂਸਸ ਨੇ ਜੀ ਕਿ ਇਹਦੇ ਉੱਤੇ ਕੋਈ ਵੱਡਾ ਜਿਹੜਾ ਜੀ ਉਹ ਐਕਸ਼ਨ ਹੋ ਸਕਦਾ। ਐਕਸ਼ਨ ਦੇਖਿਆ ਜਾਵੇ ਤਾਂ ਜਿਹੜਾ ਨੌਜਵਾਨ ਖੁਦਕੁਸ਼ੀ ਕਰ ਗਿਆ ਸੀਗਾ ਉਹਦੇ ਉੱਤੇ ਐਕਸ਼ਨ ਤਾਂ ਕਿਸੇ ਜਗ੍ਹਾ ਦੇ ਉੱਤੇ ਨਹੀਂ ਹੋਇਆ ਜੀ, ਸਿਰਫ ਸਿਆਸਤ ਹੀ ਹੋਈ ਹੈ। ਜਿਹੜਾ ਤੁਰ ਗਿਆ ਜੀ ਉਹਦੇ ਉੱਤੇ ਵੀ ਕੁਛ ਨਹੀਂ ਹੋਇਆ, ਬਾਕੀ ਥਾਵਾਂ ਦੇ ਉੱਤੇ ਤਾਂ ਐਕਸ਼ਨ ਹੋਣ ਦੀ ਉਮੀਦ ਕਿੰਨੀ ਕੁ ਹੋ ਸਕਦੀ ਹੈ ਜੀ। ਜੀ ਜੀ ਬਿਲਕੁਲ। ਅਤੇ ਅਗਲੀ ਗੱਲ ਕਰਦੇ ਹਾਂ ਅਕਾਲੀ ਅਤੇ ਕਾਂਗਰਸੀ ਜਿਹੜੇ ਉਹਨਾਂ ਦੇ ਨਿਸ਼ਾਨੇ 'ਤੇ ਨੇ ਜੀ ਪੱਕੇ ਕੇਜਰੀਵਾਲ।
ਆਈ ਥਿੰਕ ਇਸ ਵੇਲੇ ਜਿਹੜੀਆਂ ਦੋਨੋਂ ਸਿਆਸੀ ਪਾਰਟੀਆਂ ਨੇ ਜੀ, ਅਕਾਲੀ ਦਲ ਬੀਜੇਪੀ ਵਾਲੇ ਤਾਂ ਕਿਸੇ ਪਾਣੀ ਹਰ ਹੈ ਹੀ ਨਹੀਂ ਜੀ, ਉਹ ਨਾ ਬੋਲਦੇ ਨੇ, ਬੀਬੇ ਬੱਚੇ ਨੇ ਚੁੱਪ ਕਰਕੇ ਝੰਡੀਆਂ ਝੁੰਡੀਆਂ ਜਿਹੜੀਆਂ ਉਹ ਹੰਡਾਈ ਜਾਂਦੇ ਨੇ। ਕਾਂਗਰਸ ਵਾਲੇ ਜਿਹੜੇ ਨੇ ਤੇ ਅਕਾਲੀ ਦਲ ਵਾਲੇ ਜਿਹੜੇ ਨੇ ਜੀ, ਉਹ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਤਾਂ ਜਿਹੜੀ ਹੈ ਜੀ ਉਹ ਕਰ ਰਹੇ ਨੇ। ਕੋਸ਼ਿਸ਼ ਲਫ਼ਜ਼ ਮੈਂ ਤਾਂ ਵਰਤਿਆ ਜੀ ਕਿ ਉਹ ਨਿਸ਼ਾਨੇ ਤੇ ਲੈ ਨਹੀਂ ਪਾ ਰਹੇ, ਦੋ ਕੁ ਦਿਨ ਦਾ ਜੇ ਲੇਖਾ ਜੋਖਾ ਕੀਤਾ ਜਾਵੇ। ਵੈਸੇ ਦੌਰਾ ਸਮਾਪਤ ਹੋ ਗਿਆ, ਜਦੋਂ ਤੇ ਆਪਾਂ ਇਹਦਾ ਜ਼ਰੂਰ ਜਿਹੜੀ ਹੈ ਜੀ ਇਹਦੀ ਪੜਚੋਲ ਕਰਾਂਗੇ ਕਿ ਇਹਦੇ ਵਿੱਚੋਂ ਕੀ ਕੁਛ ਜਿਹੜਾ ਨਿਕਲਿਆ, ਬਾਕੀ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਕੀ ਕਰ ਰਹੀਆਂ ਨੇ। ਜਿਹੜੀ ਗੱਲ ਦੇ ਉੱਤੇ ਅਕਾਲੀ ਦਲ ਜਿਹੜਾ ਜੀ ਉਹ ਘੇਰ ਰਿਹਾ, ਉਹ ਇਹ ਕਹਿ ਰਿਹਾ, ਜਿਹੜੇ ਲੁਧਿਆਣੇ ਦੇ ਵਿੱਚ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਜੀ ਕਿ ਹਰਿਆਣੇ ਨੂੰ ਛੱਡ ਕੇ ਪੰਜਾਬ ਦੇ ਵਿੱਚ ਰਾਜਸੀ ਨਾਟਕ ਕਰਨ ਆਏ ਨੇ ਜੀ ਕੇਜਰੀਵਾਲ। ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਵਿੱਚੋਂ ਤਾਂ ਕੋਈ ਨੀ ਗਿਆ ਹਰਿਆਣੇ ਦੇ ਵਿੱਚ, ਉੱਥੇ ਨਿਸ਼ਾਨਾ ਜਿਹੜਾ ਪੰਜਾਬੀਆਂ ਨੂੰ ਬਣਾਇਆ ਗਿਆ, ਇਹ ਕਿਹੜਾ ਉੱਥੇ ਜਿਹੜਾ ਜੀ ਉਹ ਗਏ ਨੇ। ਜਿਹੜਾ ਦੂਜਾ ਮਾਮਲਾ ਜਿਹਦੇ ਉੱਤੇ ਅਕਾਲੀ ਦਲ ਘੇਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਇਹ ਤਾਂ ਜ਼ਿਮੀਂਦਾਰਾਂ ਦੇ ਚੋਰੀ ਦੇ ਗੰਨੇ ਜਿਹੜੇ ਉਹ ਚੂਪਣ ਵਾਲੇ ਗਿੱਦੜ ਨੇ। ਸੋ ਜਿਹੜੇ ਸਿੱਖਿਆ ਮੰਤਰੀ ਨੇ ਪੰਜਾਬ ਦੇ ਦਲਜੀਤ ਸਿੰਘ ਚੀਮਾ ਹੋਰੀ, ਉਹਨਾਂ ਨੇ ਇਹਦੇ ਉੱਤੇ ਬਿਆਨ ਜਿਹੜਾ ਇਹ ਦਿੱਤਾ ਸੀਗਾ ਕਿ ਅਕਾਲੀ ਦਲ ਦਾ ਇਤਿਹਾਸ ਜਿਹੜਾ ਜੀ ਪੜ੍ਹੋ, ਅਸੀਂ ਬੜੇ ਮੋਰਚੇ ਲਾਏ ਨੇ। ਉਹ ਕਹਿੰਦੇ ਕਿ ਅਕਾਲੀ ਦਲ ਵਾਲੇ ਗਿੱਦੜ ਨਹੀਂ, ਸ਼ੇਰ ਨੇ। ਇਹਦੇ ਉੱਤੇ ਇੱਕ ਵੱਖਰੀ ਚੁਟਕੀ ਜਿਹੜੀ ਹੈ ਜੀ ਵੀਰ ਦਵਿੰਦਰ ਸਿੰਘ ਹੋਰਾਂ ਨੇ ਲਈ ਹੈ, ਉਹ ਕਹਿੰਦੇ ਚੀਮਾ ਸਾਹਿਬ ਗਿੱਦੜ ਵੀ ਜਾਨਵਰ ਅਤੇ ਸ਼ੇਰ ਵੀ, ਤੁਸੀਂ ਆਪਣੀ ਤਸ਼ਬੀਹ ਜਿਹੜੀ ਹੈ ਜੀ ਉਹ ਕਿਹਦੇ ਨਾਲ ਦੇ ਰਹੇ ਹੋ। ਇਹਦੀ ਗੱਲ ਜਿਹੜੀ ਹੈ ਜੀ ਅਕਾਲੀ ਦਲ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਗਿੱਦੜ ਕਿਉਂ ਕਿਹਾ। ਦੂਜੇ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਰੇ, ਉਹਨਾਂ ਨੇ ਵੀ ਵੱਖਰੇ ਤੌਰ ਦੇ ਉੱਤੇ ਘੇਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਆਰਥਿਕ ਪੱਧਰ ਦੇ ਉੱਤੇ ਕਮਜ਼ੋਰ ਜਿਹੜੇ ਵਰਗ ਨੇ ਉਹ ਪਹਿਲਾਂ ਤੋਂ ਜਿਹੜੇ ਫਾਇਦਾ ਲੈ ਰਹੇ ਲੋਕਾਂ ਸਣੇ ਰਾਖਵਾਂਕਰਨ ਮੁਹੱਈਆ ਕਰਵਾਉਣ ਦੇ ਸੰਬੰਧੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਵਿਗਾੜਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਅਰਵਿੰਦ ਕੇਜਰੀਵਾਲ ਹੋਰੀ ਕਰ ਰਹੇ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਇਹ ਸਪਸ਼ਟ ਕਰਨ ਕਿ ਉਹ ਜਰਨਲ ਸ਼੍ਰੇਣੀਆਂ ਦੇ ਨਾਲ ਸੰਬੰਧਿਤ ਆਰਥਿਕ ਪੱਧਰ ਦੇ ਉੱਤੇ ਕਮਜ਼ੋਰ ਵਰਗਾਂ ਨੂੰ ਰਾਖਵਾਂ ਕਰਨ ਦੇਣ ਦਾ ਸਮਰਥਨ ਕਰਦੇ ਨੇ ਜਾਂ ਨਹੀਂ। ਨਾਲ ਦੀ ਨਾਲ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਵੀ ਘੇਰਨ ਦੀ ਕੋਸ਼ਿਸ਼ ਜਿਹੜੀ ਅਜੇ ਕੀਤੀ ਹੈ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਗਜਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਸੀ ਉਹਦੇ ਘਰੇ ਤਾਂ ਅਜੇ ਤੱਕ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨਹੀਂ ਗਏ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਦੇ ਵਿੱਚ ਇੰਨੇ ਜਿਹੜੇ ਅਜੇ ਉਹ ਕਿਸਾਨ ਖੁਦਕੁਸ਼ੀ ਕਰ ਗਏ ਨੇ ਉੱਥੇ ਕਿਉਂ ਨਹੀਂ ਗਏ ਤੇ ਉੱਥੇ ਕਿਹੜੇ ਕਿਹੜੇ ਗਏ ਨੇ, ਇਹਦਾ ਉਹਨਾਂ ਨੇ ਕੋਈ ਖੁਲਾਸਾ ਜਿਹੜਾ ਉਹ ਨਹੀਂ ਕੀਤਾ। ਭਾਵ ਕਿ ਮਜਬੂਰ ਹੋਣਾ ਪੈ ਰਿਹਾ ਜੀ ਜਿਹੜੀਆਂ ਦੋ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਬਿਆਨਬਾਜ਼ੀ ਕਰਨ ਦੇ ਵਾਸਤੇ, ਕਿਉਂਕਿ ਜਿਹੜੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਖਬਰਾਂ ਜਿਹੜੀਆਂ ਦੀ ਉਹ ਵੱਡੀਆਂ ਹੋ ਰਹੀਆਂ ਨੇ, ਖਬਰਾਂ ਜਿਹੜੀਆਂ ਭਖ ਰਹੀਆਂ ਨੇ, ਇਹ ਉਹ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਗਰਾਊਂਡ ਦੇ ਨਾਲ ਜੁੜੇ ਹੋਏ, ਉਹ ਚਾਹੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਾਲਾ ਮਾਮਲਾ, ਚਾਹੇ ਦਲਿਤ ਪਰਿਵਾਰਾਂ ਦੇ ਉੱਤੇ ਹੋ ਰਹੇ ਹਮਲਿਆਂ ਵਾਲਾ ਮਾਮਲਾ, ਚਾਹੇ ਚਿੱਟੇ ਤੋਂ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਦਾ ਮਾਮਲਾ, ਤੇ ਅਗਲੇ ਮਸਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਦੌਰਾਨ ਭਖੜੇ ਨੇ, ਉਹ ਪੰਜਾਬ ਦੇ ਵਿੱਚੋਂ ਨਿਰੰਤਰ ਉੱਡ ਪੁੱਡ ਗਈ ਜਿਹੜੀ ਇੰਡਸਟਰੀ ਹੈ ਉਹ ਵੀ ਮਸਲਾ ਭਖੇਗਾ ਜੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸ਼ਗਨ ਸਕੀਮ, ਜੋ ਕਿ ਇੱਕ ਹਿਸਾਬ ਦੇ ਨਾਲ ਬੰਦ ਹੀ ਪਈ ਹੋਈ ਆ, ਪਰ ਕਿਉਂਕਿ ਹੁਣ ਵੋਟਾਂ ਨਜ਼ਦੀਕ ਆ ਅਤੇ ਫੋਟੋਆਂ ਵੀ ਇਹਨਾਂ ਨੇ ਸਾਰਿਆਂ ਨੇ ਖਿਚਾਉਣੀਆਂ, ਅਤੇ ਹਲਕਾ ਇੰਚਾਰਜ ਅਤੇ ਸਰਪੰਚਾਂ ਨੂੰ ਇਹ ਸ਼ਗਨ ਸਕੀਮ ਜਿਹੜੀ ਹੈ ਲਾਗੂ ਕਰਨ ਦੇ ਲਈ ਹਦਾਇਤਾਂ ਮਿਲੀਆਂ ਨੇ। ਐਕਚੁਲੀ ਇਹਦੀ ਸ਼ੁਰੂਆਤ ਜਿਹੜੀ ਜੀ 2009 ਅਤੇ 10 ਦੇ ਵਿੱਚ ਜਿਹੜੇ ਅਕਾਊਂਟ ਨੇ ਜੀ ਉਹਦੇ ਵਿੱਚ ਸਿੱਧੀ ਸ਼ਗਨ ਸਕੀਮ ਦੀ ਜਿਹੜੀ ਰਾਸ਼ੀ ਸੀ ਉਹਦੀ ਸ਼ੁਰੂਆਤ ਹੋਈ ਸੀਗੀ। ਫਰਵਰੀ 12 ਦੇ ਵਿੱਚ ਜਦੋਂ ਅਸੈਂਬਲੀ ਚੋਣਾਂ ਹੋਈਆਂ ਤਾਂ ਉਦੋਂ 1 ਅਪ੍ਰੈਲ 2011 ਤੋਂ ਖਾਤਿਆਂ ਦੀ ਜਗ੍ਹਾ ਦੇ ਉੱਤੇ ਸ਼ਗਨ ਸਕੀਮ ਦੇ ਚੈੱਕ ਜਿਹੜੇ ਸੀਗੇ ਉਹ ਸਮਾਗਮ ਕਰਕੇ ਵੰਡਣੇ ਸ਼ੁਰੂ ਕਰਤੇ ਸੀਗੇ, ਔਰ ਚੈੱਕ ਵੰਡਣ ਦਾ ਕੰਮ ਜਿਹੜਾ ਸੀਗਾ ਜੀ ਸਪਤੰਬਰ 2011 ਤੱਕ ਚੱਲਿਆ, ਕਿਉਂਕਿ ਇਲੈਕਸ਼ਨਾਂ ਉਦੋਂ ਨਿਬੜ ਗਈਆਂ। ਉਦੋਂ ਬਾਅਦ 7 ਮਹੀਨੇ ਹਲਕਾ ਵਿਧਾਇਕ ਤੇ ਵਜ਼ੀਰ ਜਿਹੜੇ ਸੀ ਉਹ ਸ਼ਗਨ ਸਕੀਮ ਦੇ ਚੈੱਕ ਵੰਡਦੇ ਰਹੇ। ਸਰਕਾਰ ਬਣ ਗਈ, ਇਹ ਸ਼ਗਨ ਸਕੀਮ ਦੇ ਚੈੱਕ ਵੰਡਣੋਂ ਹਟ ਗਏ, ਔਰ ਉਦੋਂ ਬਾਅਦ ਇਹ ਕਹਿਤਾ ਜੀ ਹੁਣ ਖਾਤਿਆਂ ਦੇ ਵਿੱਚ ਜਿਹੜਾ ਜੀ ਉਹ ਆਊਗੀ। ਪਰ ਹੁਣ ਜਿਹੜਾ ਜੀ ਪੰਜਾਬ ਕੈਬਨਿਟ ਨੇ 19 ਨਵੰਬਰ 2015 ਨੂੰ
ਜਿਹੜੀ ਸ਼ਗਨ ਸਕੀਮ ਹੈ ਉਹਦੇ ਜਿਹੜੇ ਪੈਸੇ ਨੇ ਉਹ ਪੰਚਾਇਤਾਂ ਦੇ ਰਾਹੀਂ ਵੰਡਣ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ ਜੀ। ਔਰ ਇਹ ਪਤਾ ਲੱਗਾ ਜੀ ਕਿ ਭਲਾਈ ਵਿਭਾਗ ਜਿਹੜਾ ਉਹ ਜਨਵਰੀ 2016 ਨੂੰ ਉਹਨੇ ਚਿੱਠੀ ਵੀ ਜਾਰੀ ਇਹਦੇ ਸੰਬੰਧੀ ਕੀਤੀ ਹੈ ਕਿ 1 ਜਨਵਰੀ 2016 ਤੋਂ ਸ਼ਗਨ ਸਕੀਮ ਦੀ ਜਿਹੜੀ ਮਦਦ ਹੈ ਉਹ ਪੰਚਾਇਤਾਂ ਦੇ ਰਾਹੀਂ ਵੰਡੀ ਜਾਊਗੀ ਔਰ ਇਹ ਜਿਹੜੇ ਹਲਕਾ ਇੰਚਾਰਜ ਜਾਂ ਜਿਹੜੇ ਮੰਤਰੀ ਨੇ ਉਹ ਇਹ ਚੈੱਕ ਜਿਹੜੇ ਉਹ ਵੰਡਣਗੇ। ਹੁਣ ਅੱਗੋਂ ਜਿਹੜੀ ਹੈ ਜੀ ਇਹ ਸ਼ਗਨ ਸਕੀਮ ਉਹ ਅਕਾਊਂਟ ਦੇ ਵਿੱਚ ਜਿਹੜੀ ਹੈ ਜੀ ਉਹ ਨਹੀਂ ਆਊਗੀ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਤੋਂ ਜਿਹੜੀਆਂ ਫੋਟੋਆਂ ਵੱਖ ਵੱਖ ਹਲਕਿਆਂ ਦੇ ਵਿੱਚ ਬੁਢਾਪਾ ਪੈਨਸ਼ਨ ਵਾਲੀਆਂ ਜਿਹੜੀਆਂ ਚੱਲ ਰਹੀਆਂ ਨੇ, ਹਾਲਾਤ ਜਿਹੜੇ ਨੇ ਨਾ ਜੀ ਉਹ ਪੰਜਾਬ ਦੇ ਇਹ ਬਣਾ ਦਿੱਤੇ ਗਏ ਨੇ ਕਿ 500 ਰੁਪਈਏ ਦਾ ਚੈੱਕ ਲੈਣ ਦੇ ਵਾਸਤੇ ਜਿਹੜਾ ਵਿਅਕਤੀ ਹੈ ਉਹ ਹੱਥ ਜੋੜੀ ਜਿਹੜਾ ਜੀ ਉਹ ਖੜਾ ਹੈ ਇੱਕ 500 ਰੁਪਈਏ ਦਾ ਚੈੱਕ ਲੈਣ ਦੇ ਵਾਸਤੇ ਕਿ ਉਹਨੂੰ ਜਿਹੜਾ ਜੀ ਉਹ ਮਿਲ ਜਾਵੇ। ਅਤੇ ਸ਼ਾਇਦ ਰਾਜਨੀਤਿਕ ਜਿਹੜੇ ਲੋਕ ਨੇ ਉਹ ਲੋਕਾਂ ਨੂੰ ਲੇਲੜੀਆਂ ਕੱਢਦੇ ਹੀ ਵੇਖਣਾ ਚਾਹੁੰਦੇ ਨੇ ਜੀ। ਜੇ ਲੋਕਾਂ ਨੂੰ ਜੇ ਅਜੇ ਵੀ ਸਮਝ ਨਾ ਆਈ ਫਿਰ ਤਾਂ ਕੀ ਕਰ ਸਕਦੇ ਹਾਂ। ਅਗਲੀ ਗੱਲ ਕਰਦੇ ਹਾਂ, ਐਸਸੀ ਕਮਿਸ਼ਨ ਨੇ 440 ਕਰੋੜ ਵਾਲੇ ਮਾਮਲੇ ਦੀ ਜਿਹੜੀ ਕਿ ਪਿਛਲੇ ਦਿਨੀ ਬੀਬੀ ਸਿੱਧੂ ਨੇ ਉਠਾਇਆ ਸੀ ਉਸ ਦਾ ਨੋਟਿਸ ਲਿਆ। ਬਿਲਕੁਲ, ਐਕਚੁਲੀ ਇਹ ਜਿਹੜਾ ਮੁੱਦਾ ਜੀ ਕਾਫੀ ਭਖ ਰਿਹਾ ਹੈ। ਨਵਜੋਤ ਕੌਰ ਸਿੱਧੂ ਹੋਰਾਂ ਨੇ ਸਿੱਧਾ ਹਮਲਾ ਜਿਹੜਾ ਬੋਲਿਆ ਸੀਗਾ, ਇਹ ਗੱਲ ਆਖੀ ਸੀਗੀ ਉਹਨਾਂ ਨੇ ਕਿ ਮਨਜੀਤ ਸਿੰਘ ਜੀ ਕੇ ਇਹ ਗੱਲ ਕਹਿੰਦੇ ਨੇ ਕਿ ਜੇ 1984 ਦੇ ਸਿੱਖ ਕਤਲੇਆਮ ਵਾਲੇ ਮਾਮਲੇ ਦੇ ਉੱਤੇ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਅਕਾਲੀ ਦਲ ਜਿਹੜਾ ਜੀ ਉਹ ਮੋਦੀ ਸਰਕਾਰ ਤੋਂ ਹਮਾਇਤ ਵਾਪਸ ਲੈ ਲੂਗਾ। ਇਹਦੇ ਉੱਤੇ ਹਮਲਾ ਉਹਨਾਂ ਨੇ ਕੀਤਾ ਸੀਗਾ ਕਿ ਪਹਿਲਾਂ 440 ਕਰੋੜ ਰੁਪਈਏ ਦਾ ਹਿਸਾਬ ਦਿਓ ਜਿਹੜੇ ਦਿੱਲੀ ਤੋਂ ਕੇਂਦਰ ਦੀ ਸਰਕਾਰ ਨੇ ਫੰਡ ਦਿੱਤੇ ਸੀਗੇ ਉਹਨਾਂ ਪੀੜਤਾਂ ਦੇ ਵਾਸਤੇ ਜਿਹੜੇ ਪੰਜਾਬ ਆਣ ਵਸੇ ਸਨ। ਉਹਨਾਂ ਨੇ ਕੁਛ ਤੱਥ ਵੀ ਪੇਸ਼ ਕੀਤੇ ਸਨ ਕਿ ਫਲਾਂ ਜਗ੍ਹਾ ਦੇ ਉੱਤੇ ਪੇਪਰ ਜਿਹੜੇ ਪਏ ਆ ਉਹ ਕਢਵਾ ਲਓ ਅਤੇ ਇਹ ਵੀ ਦੱਸੋ ਕਿ ਇਹਨਾਂ ਦੀ ਵਿਜੀਲੈਂਸ ਜਾਂਚ ਕਿਉਂ ਕਰਵਾਈ ਗਈ ਸੀ, ਜੇ ਕਰਵਾਈ ਗਈ ਸੀ ਤਾਂ ਉਹ ਜਾਂਚ ਦੇ ਵਿੱਚ ਕੀ ਆਇਆ ਸੀ, ਉਹ ਜਾਂਚ ਰਿਪੋਰਟ ਲੁਕੋ ਕਿਉਂ ਲਈ ਗਈ। ਇਹਦੇ ਉੱਤੇ ਤਾਂ ਕੋਈ ਜਿਹੜੀ ਅਜੀ ਟਿੱਪਣੀ ਅਕਾਲੀ ਦਲ ਨੇ ਨਹੀਂ ਕੀਤੀ 440 ਕਰੋੜ ਦੇ ਬਾਰੇ, ਵਿਜੀਲੈਂਸ ਦੇ ਬਾਰੇ। ਹਾਂ, ਮਹੇਸ਼ਿੰਦਰ ਸਿੰਘ ਗਰੇਵਾਲ ਹੋਰਾਂ ਦਾ ਬਿਆਨ ਜਿਹੜਾ ਜ਼ਰੂਰ ਆਇਆ ਕਿ ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਨੇ ਜੀ ਉਹ ਗਲਤ ਜਿਹੜਾ ਚੱਲ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਬੀਬੀ ਸਿੱਧੂ ਦੀ ਸ਼ਿਕਾਇਤ ਭਾਜਪਾ ਕੋਲੇ ਕਰਾਂਗੇ ਅਤੇ ਭਾਜਪਾ ਨੂੰ ਉਹਨਾਂ ਨੂੰ ਚੁੱਪ ਕਰਾਉਣਾ ਚਾਹੀਦਾ, ਪਰ 440 ਕਰੋੜ ਵਾਲੇ ਮੁੱਦੇ ਦੇ ਉੱਤੇ ਨਹੀਂ ਬੋਲੇ। ਹੁਣ ਜਿਹੜਾ ਐਸਸੀ ਕਮਿਸ਼ਨ ਹੈ ਉਹਦੇ ਜਿਹੜੇ ਹੈ ਨੇ ਜੀ ਇੱਥੋਂ ਕੌਮੀ ਜਿਹੜਾ ਅਨੁਸੂਚਿਤ ਜਾਤੀ ਕਮਿਸ਼ਨ ਹੈ ਇਹਦੇ ਵਾਈਸ ਚੇਅਰਮੈਨ ਜਿਹੜੇ ਨੇ ਡਾਕਟਰ ਰਾਜਕੁਮਾਰ ਵੇਰਕਾ, ਉਹਨਾਂ ਨੇ ਵੀ ਇਹਦਾ ਨੋਟਿਸ ਲਿਆ। ਉਹਨਾਂ ਨੇ ਕਿਹਾ ਕਿ 440 ਕਰੋੜ ਰੁਪਈਏ ਦੀ ਗ੍ਰਾਂਟ ਦੇ ਮੁੱਦਾ ਜਿਹੜਾ ਉਹਨਾਂ ਨੇ ਕਿਹਾ ਕਿ ਉਹ ਉਸ ਵਿਅਕਤੀ ਦੇ ਵੱਲੋਂ ਉਸ ਪਰਸਨ ਦੇ ਵੱਲੋਂ ਉਠਾਇਆ ਗਿਆ ਜਿਹੜਾ ਕਿ ਖੁਦ ਸਰਕਾਰ ਦੇ ਵਿੱਚ ਭਾਈਵਾਲ ਹੈ, ਜਿਹਦੇ ਕਰਕੇ ਇਹ ਬੜਾ ਗੰਭੀਰ ਮੁੱਦਾ ਹੈ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ ਉਹਦੇ 'ਚ 40% ਦਲਿਤ ਭਾਈਚਾਰਾ ਅਤੇ 20% OBC ਦੇ ਨਾਲ ਸੰਬੰਧਿਤ ਪੀੜਿਤ ਸੀਗੇ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਇਹ ਘਪਲਾ ਦੀ ਗੱਲ ਜਿਹੜੀ ਹੋ ਰਹੀ ਹੈ, ਸੋ ਇਹਨਾਂ ਪਰਿਵਾਰਾਂ ਦੇ ਨਾਲ ਵੀ ਇੱਥੇ ਗਲਤ ਜਿਹੜਾ ਦੀ ਹੋਇਆ। ਇਸ ਕਰਕੇ ਉਹਨਾਂ ਨੇ ਇਹ ਕਿਹਾ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਨੋਟਿਸ ਜਾਰੀ ਕੀਤੇ ਨੇ। ਲੁਧਿਆਣੇ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਗਿਆ ਜੀ ਕਿ ਇਸ ਮਾਮਲੇ ਦੇ ਵਿੱਚ FIR ਦਰਜ ਕੀਤੀ ਜਾਵੇ। ਜਿਹੜੇ 1984 ਦੇ ਪੀੜਤ ਨੇ ਉਹਨਾਂ ਨੂੰ ਜਿਹੜੀ ਪਹਿਲਾਂ ਗ੍ਰਾਂਟ ਮਿਲੀ ਸੀ ਉਹਦੇ ਵਿੱਚ ਸ਼ਾਮਲ ਹੋਏ ਘਪਲੇ ਦੀ ਜਾਂਚ ਬਾਰੇ ਵਿਜੀਲੈਂਸ ਦੀ ਜਾਂਚ ਰਿਪੋਰਟ ਵੀ ਡਾਕਟਰ ਵੇਰਕਾ ਨੇ ਜਿਹੜੀ ਹੈ ਜੀ ਉਹ ਮੰਗ ਲਈ ਹੈ। ਉਹਨਾਂ ਨੇ ਕਿਹਾ ਕਿ ਜੇ FIR ਦਰਜ ਨਹੀਂ ਕੀਤੀ ਜਾਂਦੀ ਤਾਂ ਕਮਿਸ਼ਨ ਆਪਣੇ ਤੌਰ ਦੇ ਉੱਤੇ FIR ਜਿਹੜੀ ਹੈ ਜੀ ਉਹ ਦਰਜ ਕਰਵਾ ਸਕਦਾ ਹੈ। ਇਹ ਜਿਹੜਾ ਮਾਮਲਾ ਹੈ ਜੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਭੱਖ ਸਕਦਾ ਜੀ। ਜੀ ਜੀ, ਅਤੇ ਅਗਲੀ ਗੱਲ ਕਰਦੇ ਹਾਂ, ਕਈ ਅਫਸਰ ਅਤੇ ਕਈ ਸਿਆਸਤਦਾਨ ਜਿਹੜੀਆਂ ਮਹਿੰਗੀਆਂ ਗੱਡੀਆਂ ਦੇ ਲਈ, ਖਾਸ ਕਰਕੇ ਜਿਹੜੀਆਂ ਫੋਰਚੂਨਰਸ ਆ, ਲਾਲ ਬੱਤੀਆਂ ਦੇ ਲਈ ਤਰਲੋ ਮੱਛੀ ਹੋ ਰਹੇ ਨੇ। ਇਹ ਪੰਜਾਬ ਦੇ ਆਫਿਸਰ ਅਤੇ ਜਿਹੜੇ ਪੋਲੀਟੀਕਲ ਲੋਕ ਨੇ ਜੀ ਇਹਨਾਂ ਨੇ ਕਿਉਂਕਿ ਜਿਹੜੀ ਲਾਲ ਬੱਤੀਆਂ ਜਿਹੜੀਆਂ ਨੇ ਜੀ ਉਹ ਲੈਣ ਦੇ ਵਾਸਤੇ ਤਰਲੋ ਮੱਛੀ ਹੋ ਰਹੇ ਨੇ। ਐਕਚੁਲੀ ਇਹ ਜਿਹੜੇ ਸੁਪਰੀਮ ਕੋਰਟ ਨੇ ਹੁਕਮ ਜਿਹੜੇ ਉਹ ਕੀਤੇ ਹੋਏ ਨੇ ਕਿ ਕਿੰਨਾ ਨੂੰ ਜਿਹੜੀ ਹੈ ਜੀ ਇਹ ਲਾਲ ਬੱਤੀ ਜਿਹੜੀ ਆ ਉਹ ਮਿਲ ਸਕਦੀ ਹੈ। ਜਿਹੜੇ ਚੀਫ ਪਾਰਲੀਮੈਂਟਰੀ ਸੈਕਟਰੀ ਨੇ, MLAs ਨੇ, ਪ੍ਰਬੰਧਕੀ ਸਕੱਤਰ ਜਿਹੜੇ ਨੇ ਉਹਨਾਂ ਨੂੰ ਸੰਤਰੀ ਬੱਤੀ ਜਿਹੜੇ ਉਹ ਲਾਉਣ ਦੇ ਅਧਿਕਾਰ ਮਿਲੇ ਹੋਏ ਨੇ ਜੀ, ਦਿੱਤਾ ਸੀਗਾ। ਔਰ ਸਰਕਾਰ ਨੇ ਕੁਛ ਹਫ਼ਤੇ ਪਹਿਲਾਂ ਨਗਰ ਨਿਗਮ ਦੇ ਮੇਅਰ ਜਿਹੜੇ ਨੇ ਉਹਨਾਂ ਨੂੰ ਕਾਰ ਦੇ ਉੱਤੇ ਸੰਤਰੀ ਬੱਤੀ ਜਿਹੜੇ ਉਹ ਲਾਉਣ ਦੇ ਅਧਿਕਾਰ ਦਿੱਤੇ ਸੀਗੇ। ਔਰ ਹੁਣ ਜਿਹੜਾ ਜੀ ਇਹ ਆਫਿਸਰ ਅਤੇ ਜਿਹੜੇ ਪੋਲੀਟੀਸ਼ੀਅਨ ਨੇ ਜੀ ਉਹਨਾਂ ਦੇ ਵਿੱਚ ਵੀ ਇਹ ਬੱਤੀਆਂ ਦੀ ਮੰਗ ਜਿਹੜੀ ਹੈ ਜੀ ਉਹ ਬਹੁਤ ਵੱਧ ਗਈ ਹੈ। ਔਰ ਜਿਹੜੇ
ਕਿਸੇ ਨਾ ਕਿਸੇ ਵਿੰਗੇ ਟੇਢੇ ਢੰਗ ਦੇ ਨਾਲ ਇਹ ਬੱਤੀ ਜਿਹੜੀ ਹੈ ਜੀ ਉਹਨੂੰ ਬਹਾਲ ਕਰਾਉਣਾ ਚਾਹੁੰਦੇ ਨੇ ਜੀ। ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਨੇ ਤਖ਼ਤਾਂ ਦੇ ਜਥੇਦਾਰਾਂ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਕੁਝ ਸਿਆਸੀ ਹਸਤੀਆਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੱਕ ਜਿਹੜੇ ਉਹ ਸ਼ਾਮਲ ਨੇ, ਉਹਨਾਂ ਨੂੰ ਵੀ ਲਾਲ ਬੱਤੀ ਜਿਹੜੀ ਹੈ ਜੀ ਉਹ ਲਾਉਣ ਦੇ ਵਾਸਤੇ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਸੀਗੀਆਂ ਕਿ ਇਹਨਾਂ ਨੂੰ ਵੀ ਲਾਲ ਬੱਤੀ ਕਿਸੇ ਤਰੀਕੇ ਦੇ ਨਾਲ ਦਿੱਤੀ ਜਾਵੇ ਤਾਂ ਕਿ ਇਹਨਾਂ ਦੀ ਜਿਹੜੀ ਗੁਆਚ ਰਹੀ ਟੌਹਰ ਹੈ ਉਹ ਦੁਬਾਰਾ ਜਿਹੜੀ ਉਹ ਵਾਪਸ ਹੋ ਸਕੇ। ਹੁਣ ਜਿਹੜੀ ਪੰਜਾਬ ਸਰਕਾਰ ਦੇ ਵਾਸਤੇ ਇਹਦੇ ਵਿੱਚ ਪ੍ਰੋਬਲਮ ਜਿਹੜੀ ਵੱਡੀ ਨੀਲੀ ਬੱਤੀ ਹੈ ਜੀ, ਕਿਉਂਕਿ ਇਹਦੇ ਸੰਬੰਧੀ ਕੋਈ ਵੀ ਡਾਇਰੈਕਸ਼ਨ ਜਿਹੜੀ ਆ ਉਹ ਮੌਜੂਦ ਨਹੀਂ ਹੈ। ਔਰ ਬਹੁਤ ਸਾਰੇ ਜਿਹੜੇ ਆਫੀਸਰ ਜਿਹੜੇ ਨੇ ਉਹ ਆਪਣੀਆਂ ਪਰਸਨਲ ਕਾਰਾਂ ਦੇ ਉੱਤੇ ਵੀ ਨੀਲੀ ਬੱਤੀ ਜਿਹੜੀ ਆ ਉਹ ਲਾਈ ਫਿਰਦੇ ਨੇ। ਜਿਹੜਾ ਬੜਾ ਚਰਚਿਤ ਹੋਇਆ ਸੀ SP ਸਲਵਿੰਦਰ ਸਿੰਘ, ਉਹਦੀ ਗੱਡੀ ਦੇ ਉੱਤੇ ਵੀ ਨੀਲੀ ਬੱਤੀ ਜਿਹੜੀ ਸੀ ਉਹ ਲੱਗੀ ਹੋਈ ਸੀਗੀ। ਇਹ ਕਿਹਾ ਜਾ ਰਿਹਾ ਜੀ ਕਿ ਇਹ ਆਫੀਸਰ ਜਿਹੜੇ ਨੇ ਇਹ ਹੁਣ ਇਕੱਠੇ ਹੋ ਕੇ ਇਹ ਵੱਡੀ ਜਿਹੜੀ ਆ ਜੀ ਉਹ ਜੰਗ ਲੜਨ ਦੇ ਰੌਂ ਦੇ ਵਿੱਚ ਨੇ ਕਿ ਸਾਡੀ ਟੌਹਰ ਜਿਹੜੀ ਆ ਬਹਾਲ ਕੀਤੀ ਜਾਵੇ, ਜਿਹੜੀ ਬਿਨਾਂ ਲਾਲ ਬੱਤੀ ਤੋਂ ਬਣਦੀ ਨਹੀਂ ਜੀ। ਜੀ ਜੀ ਬਿਲਕੁਲ ਜੀ, ਇਹ ਟੌਹਰ ਹੀ ਤਾਂ ਮਾਰ ਗਈ ਸਾਰਿਆਂ ਨੂੰ। ਅਗਲੀ ਗੱਲ ਕਰੀਏ ਵੀ ਪਠਾਨਕੋਟ ਹਮਲੇ ਦੇ ਲਈ ਜਿਹੜੀ ਪਾਕਿਸਤਾਨ ਤੋਂ ਜਿਹੜੀ ਜਾਂਚ ਟੀਮ ਆ ਆਲਰੇਡੀ ਪਹੁੰਚ ਚੁੱਕੀ ਆ। ਇਹਦੇ ਸੰਬੰਧੀ ਨਾ ਜੀ ਦੋ ਜਿਹੜੀਆਂ ਖਬਰਾਂ ਨੇ ਉਹ ਵੱਖੋ ਵੱਖਰੀਆਂ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਪਾਕਿਸਤਾਨ ਦੇ ਵੱਲੋਂ ਇਹਦੇ ਸੰਬੰਧ ਵਿੱਚ ਜਿਹੜੀ ਆ ਜੀ ਉਹ ਟੀਮ ਬਣਾ ਦਿੱਤੀ ਗਈ ਹੈ। ਔਰ ਇਹ ਜਿਹੜੀ ਟੀਮ ਹੈ ਇਹਦੇ ਵਿੱਚ ਕੋਈ ਹਾਈ ਰੈਂਕ ਦੇ ਆਫੀਸਰ ਜਿਹੜੇ ਨੇ ਜੀ ਉਹ ਸ਼ਾਮਲ ਕੀਤੇ ਗਏ ਨੇ। ਪਰ ਦੂਜੀਆਂ ਖਬਰਾਂ ਔਰ ਇਹ ਕਿਹਾ ਜਾ ਰਿਹਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਇੱਥੇ ਭਾਰਤ ਦੇ ਵਿੱਚ ਜਿਹੜਾ ਜੀ ਉਹ ਆ ਸਕਦੀ ਹੈ ਇਹ ਟੀਮ ਜਾਂਚ ਦੇ ਵਾਸਤੇ। ਦੂਜੀ ਖਬਰ ਜਿਹੜੀ ਹੈ ਜੀ ਉਹ ਇਹ ਦੱਸਦੀ ਹੈ ਕਿ ਇਹ ਚੁੱਪ ਚਪੀਤੇ ਜਿਹੜੀ ਟੀਮ ਹੈ ਜੀ ਉਹ ਆ ਗਈ ਹੈ ਇੱਥੇ। ਦੋਵਾਂ ਮੁਲਕਾਂ ਨੇ ਇਹਨੂੰ ਜਿਹੜੀ ਇਹਦੀ ਪੂਰੀ ਪ੍ਰਕਿਰਿਆ ਹੈ ਉਹਨੂੰ ਬੜਾ ਗੁਪਤ ਜਿਹੜਾ ਜੀ ਉਹ ਰੱਖਿਆ। ਇਹ ਜਿਹੜੀ JIT ਟੀਮ ਹੈ ਜੀ ਇਹਦੇ ਇੱਥੇ ਭਾਰਤ ਦੇ ਵਿੱਚ ਕਦੋਂ ਆਈ ਹੈ, ਕਿੱਥੋਂ ਇਹਨੇ ਜਾਂਚ ਜਿਹੜੀ ਹੈ ਜੀ ਸ਼ੁਰੂ ਕੀਤੀ ਹੈ ਅਜੇ ਕੁਛ ਵੀ ਪਤਾ ਨਹੀਂ ਲੱਗਿਆ। 18 ਫਰਵਰੀ ਨੂੰ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਵਿੱਚ FIR ਜਿਹੜੀ ਉਹ ਦਰਜ ਕੀਤੀ ਗਈ ਸੀ। ਇਹਦੇ ਵਿੱਚ ਜੈਸ਼ ਏ ਮੁਹੰਮਦ ਦਾ ਜਿਹੜਾ ਸਰਗਣਾ ਮਸੂਦ ਅਜ਼ਹਰ ਦਾ ਨਾਮ ਜਿਹੜਾ ਉਹ ਸ਼ਾਮਲ ਨਹੀਂ ਸੀਗਾ। ਇਹ ਕਹਿ ਦਾ ਰਿਹਾ ਜੀ ਕਿ ਜਿਹੜੇ JIT ਦੇ ਮੁਖੀ ਨੇ ਮੁਹੰਮਦ ਤਾਹਿਰ ਰਾਏ ਇਹਦੇ ਅਗਵਾਈ ਦੇ ਵਿੱਚ ਜਿਹੜੀ ਹੈ ਜੀ ਟੀਮ ਇਹ ਭਾਰਤ ਦੇ ਵਿੱਚ ਆਈ ਹੈ। ਔਰ ਜਿਹੜੇ ਤਾਹਿਰ ਨੇ ਉਹ ਪੰਜਾਬ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਪੰਜਾਬ ਹੈ ਅੱਤਵਾਦ ਵਿਰੋਧੀ ਵਿਭਾਗ ਦੇ ਵਿੱਚ ਅਡੀਸ਼ਨਲ IG ਨੇ। ਔਰ ਇਹ ਪਤਾ ਲੱਗਾ ਜੀ ਕਿ ਜਿਹੜੀ JIT ਹੈ ਉਹਦੇ ਵਾਸਤੇ ਨੋਟੀਫਿਕੇਸ਼ਨ ਦੇ ਮੁਤਾਬਕ ਜਾਂਚ ਟੀਮ ਨੂੰ 2 ਹਫ਼ਤੇ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਹੈ ਉਹ ਸੌਂਪਣੀ ਹੈ। ਨੈਸ਼ਨਲ ਅਖਬਾਰ ਜਿਹੜਾ ਜੀ ਉਹਦੀ ਜੇ ਮੰਨੀਏ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਦੋਨਾਂ ਮੁਲਕਾਂ ਨੇ ਜਾਣ ਬੁੱਝ ਕੇ ਇਸ ਦੌਰੇ ਨੂੰ ਗੁਪਤ ਜਿਹੜਾ ਜੀ ਉਹ ਰੱਖਿਆ ਤਾਂ ਕਿ ਇਹਦੇ ਉੱਤੇ ਕੋਈ ਕੰਟਰੋਵਰਸੀ ਜਿਹੜੀ ਹੈ ਜੀ ਉਹ ਸ਼ੁਰੂ ਨਾ ਹੋ ਜਾਵੇ। ਜਿਹੋ ਜਿਹੀ ਕੰਟਰੋਵਰਸੀ ਪਹਿਲਾਂ ਚੱਲਣ ਦੇ ਸਾਰ ਲੱਗਦੇ ਸਨ ਕਿ ਟੀਮ ਆਉਣੀ ਚਾਹੀਦੀ ਹੈ ਇੱਧਰ ਜਾਂ ਨਹੀਂ, ਇਹ ਕਿਹਾ ਜਾ ਰਿਹਾ ਜੀ ਕਿ ਚੁੱਪ ਕੀਤਿਆਂ ਜਿਹੜਾ ਜੀ ਤੇਜ਼ੀ ਦੇ ਨਾਲ ਜਾਂਚ ਕਰਕੇ ਜਦੋਂ ਤੱਕ ਰੌਲਾ ਪਊਗਾ ਉਦੋਂ ਤੱਕ ਇਹ ਟੀਮ ਸ਼ਾਇਦ ਜਿਹੜੀ ਹੈ ਇੱਥੋਂ ਮੁੜ ਵੀ ਜਾਊਗੀ। ਜੀ 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 ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਬੰਨੂ ਜੀ, ਤੁਸੀਂ ਜਿਹੜੀਆਂ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ। ਅਤੇ ਜਾਣ ਤੋਂ ਪਹਿਲਾਂ ਅੱਜ ਨਾਮਾ ਕਿ ਕਰਦੇ ਸ਼ਰਮ ਹਨ ਭਿੜਦਿਆਂ ਆਮ ਲੋਕੀ, ਲੱਗਦੀ ਲੀਡਰਾਂ ਲਾਹੀ ਪਈ ਸ਼ਰਮੀਆਂ। ਜੀ ਕਰਦੇ ਸ਼ਰਮ ਹਨ ਭਿੜਦਿਆਂ ਆਮ ਲੋਕੀ, ਲੱਗਦੀ ਲੀਡਰਾਂ ਲਾਹੀ ਪਈ ਸ਼ਰਮੀਆਂ, ਲੱਭਦਾ ਮੁਸ਼ਕਲ ਹੈ ਨਰਮ ਸੁਭਾਅ ਲੀਡਰ, ਲੀਡਰ ਇੱਕ ਤੋਂ ਇੱਕ ਕਈ ਗਰਮੀਆਂ। ਜੀ ਮੁੱਦਾ ਆਉਂਦਾ ਕੋਈ ਹੋਰ ਤੇ ਹੋਰ ਬੋਲਣ, ਅਕਲ ਵਾਲਾ ਕੁਝ ਜਾਪਦਾ ਭਰਮ ਮੀਆਂ, ਧਮਕੀ ਧੌਂਸ ਧਮੱਚੜ ਪਿਆ ਵੇਖ ਲੱਗਦਾ ਇਹੋ ਰਹਿ ਗਿਆ ਲੀਡਰ ਦਾ ਧਰਮ ਮੀਆਂ। ਜੀ ਕਿਧਰੇ ਲੜਦੇ ਜਵਾਕਾਂ ਵੱਲ ਵੇਖ ਲਈਏ, ਲੱਗਦੀ ਲੀਡਰਾਂ ਦੀ ਕਰਦੇ ਨਕਲ ਮੀਆਂ। ਕਿਧਰੇ ਲੜਦੇ ਜਵਾਕਾਂ ਵੱਲ ਵੇਖ ਲਈਏ, ਲੱਗਦੀ ਲੀਡਰਾਂ ਦੀ ਕਰਦੇ ਨਕਲ ਮੀਆਂ, ਨਕਲ ਜਿਨ੍ਹਾਂ ਦੀ ਲੱਗੇ ਇਹ ਕਰਨ ਬੱਚੇ, ਉਹਨਾਂ ਵਾਂਗਰ ਹੀ ਹੋਊਗੀ ਅਕਲ ਮੀਆਂ। ਜੀ 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 ਬਿਲਕੁਲ ਜੀ, ਉਹਨਾਂ ਦੀ ਅਕਲ ਤੋਂ ਬਚਾ ਹੀ ਰਵੇ ਤਾਂ ਚੰਗਾ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਬੰਨੂ ਜੀ, ਤੁਸੀਂ ਜੁੜੇ ਅਤੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਿਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।